ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡਾਕਟਰ ਜਸਵੀਰ ਸਿੰਘ ਸੰਧੂ, MLA ਹਲਕਾ ਪੱਛਮੀ, ਜ਼ਿਲ੍ਹਾ ਅੰਮ੍ਰਿਤਸਰ। ਮੇਰੇ ਵੱਲੋਂ ਦੇਸ਼ ਵਿਦੇਸ਼ ਵਸਦੇ ਹੋਏ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਇੱਕ ਇਹ ਵੀ ਸੰਦੇਸ਼ ਦਿੰਦਾ ਕਿ ਤੁਸੀਂ ਦੀਵਾਲੀ ਜਿਹੜੀ ਹੈ ਪ੍ਰਦੂਸ਼ਣ ਮੁਕਤ ਮਨਾਈਏ, ਤਾਂ ਜੋ ਕਾਫੀ ਕਿਸਮ ਦਾ ਜਿਹੜਾ ਗੰਦਲਾ ਧੂੰਆਂ ਜਿਹੜਾ ਉਹ ਹਵਾ ਦੇ ਵਿੱਚ ਪ੍ਰਦੂਸ਼ਣ ਬਣ ਕੇ ਫੈਲਦਾ ਅਤੇ ਬਿਮਾਰੀ ਨੂੰ ਸੱਦਾ ਦਿੰਦਾ, ਇਹ ਤੋਂ ਬਚਣ ਵਾਸਤੇ ਆਪਾਂ ਦੀਵਾਲੀ ਨੂੰ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਕੇ ਮਨਾਈਏ ਅਤੇ ਘਿਓ ਦੇ ਦੀਵੇ ਬਾਲ ਕੇ ਬੰਦੀ ਛੋੜ ਅਤੇ ਦੀਵਾਲੀ ਮਨਾਈਏ, ਤਾਂ ਜੋ ਸਾਰਿਆਂ ਦਾ ਪਰਮਾਤਮਾ ਘਪਲਾ ਕਰੇ। ਸੋ ਮੇਰੇ ਵੱਲੋਂ ਦੁਬਾਰਾ ਤੋਂ ਸਾਰੀ ਸੰਗਤ ਨੂੰ ਦੀਵਾਲੀ ਅਤੇ ਬੰਦੀ ਛੋੜ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਧੰਨਵਾਦ।